ਆ ਪੰਜਵੇਂ ਪਾਤਸ਼ਾਹ ਦੇ ਇੱਕ ਸ਼ਬਦ ਦਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਉਹ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਬਾਜੀਗਰ ਦਾ ਬਹੁਤਾ ਪਤਾ ਨਹੀਂ ਤਾਂ ਵੀ ਬਾਜੀਗਰ ਕੀ ਹੁੰਦਾ ਨਾ ਅੱਜ ਦੀ ਜਨਰੇਸ਼ਨ ਨੇ ਬਾਜੀਗਰ ਨੂੰ ਵੇਖਿਆ ਨਾ ਬਾਜੀ ਪਾਉਂਦੇ ਨੂੰ ਪਰ ਜਿਵੇਂ ਮੈਂ ਮੂਵੀ ਦੇਖਦਾ ਕੋਈ ਇਹ ਫੀਲ ਕਰੀ ਜਾਂਦਾ ਸੀ ਵੀ ਇੱਕ ਮੂਵੀ ਦੇਖਣ ਵੀ ਜਿਹੜਾ ਮੂਵੀ ਵੀ ਹੈ ਨਾ ਉਹ ਵੀ ਬਾਜੀਗਰ ਦੀ ਬਾਜੀ ਅੱਜ ਦੇ ਜ਼ਮਾਨੇ ਦੀ ਵੀ ਜੇ ਆਪਾਂ ਜਿਵੇਂ ਕੋਈ ਡਾਇਰੈਕਟਰ ਆ ਤੁਸੀਂ ਕੋਈ ਥ੍ਰਿਲਰ ਦੇਖੀ ਜਾਂਦੇ ਹੋ ਕੋਈ ਹਾਰਰ ਮੂਵੀ ਦੇਖ ਰਹੇ ਹੋ ਉਹ ਤੁਹਾਨੂੰ ਮਤਲਬ ਉਹ ਜੇ ਆਪਣੇ ਅੰਦਰ ਇਮੋਸ਼ਨ ਜੇ ਬਣ ਜਾਂਦੇ ਹਨਾ ਵੀ ਭੈ ਬਣ ਜਾਂਦਾ ਅੰਦਰ ਜਾਂ ਵੀ ਹੁਣ ਕੀ ਹੋਊਗਾ ਐਂਗਜ਼ਾਇਟੀ ਜੀ ਹੋਣ ਲੱਗ ਜਾਂਦੀ ਹੈ ਉਹ ਜਿਹੜੀ ਚੀਜ਼ ਤੋਂ ਜੇ ਤੁਸੀਂ ਅੰਦਰ ਘਬਰਾਹਟ ਜ਼ਿਆਦਾ ਹੋ ਰਹੀ ਹੈ ਮੰਨ ਲਓ ਫਿਲਮ ਦੇਖ ਕੇ ਤਾਂ ਹਾਲਾਂਕਿ ਉਹ ਘਬਰਾਹਟ ਚ ਵੀ ਬੰਦਾ ਸਵਾਦ ਲੈਂਦਾ ਪਰ ਜੇ ਤੁਸੀਂ ਉਹਦੇ ਚ ਇਹ ਪਛਾਣਦੇ ਹੋ ਗੱਲ ਨੂੰ ਵੀ ਇਹਦੇ ਪਿੱਛੇ ਕੋਈ ਡਾਇਰੈਕਟਰ ਆ ਜਿਹੜਾ ਇਸ ਜਿਹਨੇ ਮੂਵੀ ਬਣਾ ਰਿਆ ਜਿਹੜਾ ਇਸ ਟਾਈਮ ਹੈ ਇਹਦੇ ਤੋਂ ਆਹ ਕੰਮ ਕਰਾ ਕਦੇ ਤੁਹਾਨੂੰ ਗੁੱਸਾ ਵੀ ਆਉਂਦਾ ਫਿਲਮ ਦੇਖਦੇ ਨੂੰ ਉਹ ਜੇ ਉਸ ਨਾ ਗੁੱਸਾ ਆਊਗਾ ਨਾ ਕੋਈ ਘਬਰਾਹਟ ਹੋਊਗੀ ਜੇ ਆਪਾਂ ਨੂੰ ਧਿਆਨ ਹੋਵੇ ਵੀ ਇਹਦੇ ਪਿੱਛੇ ਇੱਕ ਡਾਇਰੈਕਟਰ ਆ ਜਿਹੜਾ ਇਹਨੂੰ ਡਾਇਰੈਕਟ ਕਰ ਰਿਹਾ ਕੋਈ ਸਿਨੇਮਟੋਗ੍ਰਾਫਰ ਆ ਜਿਹੜਾ ਕੈਮਰੇ ਦੇ ਪਿੱਛੇ ਖੜਾ ਸਾਰੇ ਤਰ੍ਹਾਂ ਦੇ ਲੋਕ ਆਲੇ-ਦੁਆਲੇ ਕਰੂ ਮੈਂਬਰ ਖੜੇ ਆ ਤੇ ਲੋਕ ਐਕਟਿੰਗ ਕਰੀ ਜਾਂਦੇ ਆ ਜੋ ਇਹਨਾਂ ਨੂੰ ਦੱਸਿਆ ਗਿਆ ਉਹ ਕਰ ਰਹੇ ਆ ਅਫੇਰ ਉਹ ਤੁਹਾਨੂੰ ਇੱਕ ਗੱਲ ਦੀ ਸਮਝਾਉਂਦੇ ਉਹ ਜਿਵੇਂ ਮਹਾਰਾਜਾਂ ਦੇ ਬਾਜੀਗਰ ਜਿਵੇਂ ਬਾਜੀਪਾਈ ਵੀ ਹਰ ਚੀਜ਼ ਦੇ ਪਿੱਛੇ ਬਾਜੀਗਰੀ ਹੈ। ਤਾਂ ਤੁਹਾਨੂੰ ਸਮਝ ਆਊਗਾ ਫਿਲਮਾਂ 'ਚ ਭਾਵੇਂ ਕੋਈ ਚੰਗਾ ਹੋ ਰਿਹਾ, ਭਾਵੇਂ ਮਾੜਾ ਹੋ ਰਿਹਾ, ਭਾਵੇਂ ਖੁਸ਼ੀ ਵਾਲਾ ਸੀਨ ਆ, ਭਾਵੇਂ ਡਰ ਵਾਲਾ, ਭੈਅ ਵਾਲਾ, ਗੁੱਸੇ ਵਾਲਾ ਤੁਹਾਡੇ ਜਿਹੜੇ ਵੀ ਇਮੋਸ਼ਨ ਉਹ ਮੂਵੀ ਉਸ ਟਾਈਮ ਤੇ ਟ੍ਰਿਗਰ ਕਰਦੀ ਆ ਉਹਦੇ ਪਿੱਛੇ ਅਸਲ ਇੱਕੋ ਹੀ ਚੀਜ਼ ਆ ਡਾਇਰੈਕਟਰ। ਤਾਂ ਇਸੇ ਤਰ੍ਹਾਂ ਦੁਨੀਆਦਾਰੀ ਆ ਵੀ ਦੁਨੀਆ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਪਿੱਛੇ ਇੱਕ ਹੀ ਪਾਵਰ ਆ। ਤੂੰ ਅਸੀਂ ਪ੍ਰਮਾਤਮਾ ਕਿੰਨੇ ਆ ਇੱਕ ਓੰਕਾਰ ਕਹਿ ਲਓ ਇੱਕੋ એનર્ਜੀ ਜਿਹਨੇ ਸਾਰਾ ਕੁਝ ਬਣਾਇਆ ਆ ਭਾ ਮਾ ਤੁਹਾਨੂੰ ਕੋਈ ਚੰਗਾ ਦੇ ਸਰਿਆ ਭਾ ਮਾ ਮਾੜਾ ਹਰ ਚੀਜ਼ ਦੇ ਪਿੱਛੇ ਉਹੀ ਹੈ ਹੋਰ ਤਾਂ ਹੋਰ ਇਥੋਂ ਤੱਕ ਵੀ ਜਿਹੋ ਜੀ ਬੈਕਗ੍ਰਾਉਂਡ ਹੈ ਨਾ ਜਿਹਦੇ ਜੋ ਸੀਨ ਚੱਲ ਰਹੇ ਉਹਦੇ ਪਿੱਛੇ ਵੀ ਉਹੀ ਹੈ ਉਸ ਨੇ ਡਿਸਾਈਡ ਕੀਤਾ ਵੀ ਇਸ ਬੈਕਗ੍ਰਾਉਂਡ ਦੇ ਵਿੱਚ ਆ ਚੀਜ਼ ਚੱਲਣੀ ਆ ਤੇ ਕਿਹੜੀ ਚੀਜ਼ ਨੂੰ ਨੇੜੇ ਦਿਖਾਇਆ ਜਾਣਾ ਕਿ ਇਹਨੂੰ ਦੂਰੋਂ ਕਿਹੜੀ ਤੇ ਫੋਕਸ ਰਹਿਣਾ ਕਿਹਦੇ ਤੇ ਨਹੀਂ ਇਹ ਡਿਸਾਈਡ ਕਰਨ ਵਾਲਾ ਵੀ ਜਿਵੇਂ ਡਾਇਰੈਕਟਰ ਆ ਐਵੇਂ ਦੁਨੀਆ ਦੇ ਵਿੱਚ ਵੀ ਡਿਸਾਈਡ ਕਰਨ ਵਾਲਾ ਪ੍ਰਮਾਤਮਾ ਹੀ ਆ ਵੀ ਕਿਹੜੇ ਬੰਦੇ ਤੇ ਫੋਕਸ ਰਹਿਣਾ ਕਿਹੜੇ ਟਾਈਮ ਤੇ ਕਿਹੜੀ ਕਮਿਊਨਿਟੀ ਤੇ ਫੋਕਸ ਰਹਿਣਾ ਕਿਹੜੇ ਮੁਲਕ ਤੇ ਰਹਿਣਾ ਕਿ ਇਹਨੂੰ ਬੈਕਗ੍ਰਾਉਂਡ ਦੇ ਵਿੱਚ ਚੱਲਣਾ ਸਭ ਸ੍ਰਿਸ਼ਟੀ ਦੇ ਪਿੱਛੇ ਇੱਕੋ ਹੀ ਤਾਕਤ ਇੱਕ ਓੰਕਾਰ ਹੀ ਹੈ ਪਰ ਜੇ ਇਹ ਬਾਣੀ ਜਿਹੜੀ ਅੰਡਰਸਟੈਂਡਿੰਗ ਆਉਂਦੀ ਹੈ ਮੰਨ ਲਓ ਇਹ ਸਮਝ ਆ ਰਹੀ ਹੈ ਇਹ ਠੀਕ ਆ ਵੀ ਗੁਰੂ ਦੀ ਸੰਗਤ ਕਰਕੇ ਗੁਰਬਾਣੀ ਨੂੰ ਪੜਨ ਕਰਕੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਜਿਹੜੀ ਗੁਰਬਾਣੀ ਦੀ ਸੰਗਤ ਹੀ ਸਦੇ ਸਾਰੇ ਸੰਤ ਮਹਾਂਪੁਰਸ਼ ਬੈਠੇ ਆ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਪਰ ਇਹ ਗੱਲ ਦਾ ਸਮਝ ਆਉਣਾ ਹੀ ਸਿਰਫ ਗੁਰਬਾਣੀ ਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਹੈ ਜਾਂ ਸਿੱਖੀ ਦਾ ਟੀਚਾ ਨਹੀਂ ਸਿੱਖੀ ਦਾ ਟੀਚਾ ਹੈਗਾ ਇਹਨੂੰ ਆਪਾਂ ਐਵੇਂ ਲੈ ਲਈਏ ਜਿਦੋਂ ਆਪਾਂ ਡਾਇਰੈਕਟਰ ਵਾਲੀ ਸਟੋਰੀ ਨਾਲ ਜਾਂ ਫਿਲਮ ਵਾਲੀ ਸਟੋਰੀ ਨਾਲ ਹੀ ਵੇਖ ਕੇ ਜੋੜ ਕੇ ਚੱਲੀਏ ਤਾਂ ਉਹ ਕੋਈ ਤੁਹਾਨੂੰ ਉਹਨਾਂ ਦਾ ਮਕਸਦ ਸਿਰਫ ਇਹ ਨਹੀਂ ਹੈ ਵੀ ਤੁਹਾਨੂੰ ਉਹਨਾਂ ਨੇ ਸਮਝਾ ਦੇਣਾ ਵੀ ਇਹਦੇ ਪਿੱਛੇ ਡਾਇਰੈਕਟਰ ਆ ਕਿਉਂਕਿ ਐਂਉਂ ਸਮਝੇ ਮਨ ਸਮਝਦਾ ਨਹੀਂ ਫਿਲਮ ਵੇਂਦੇ-ਵੇਂਦੇ ਤੁਹਾਨੂੰ ਇੱਕ ਸੀਨ ਚ ਚੇਤਾ ਰਹੂਗਾ ਵੀ ਡਾਇਰੈਕਟਰ ਹੈਗਾ ਪਿੱਛੇ ਅਗਲੇ ਸੀਨ 'ਚ ਤੁਸੀਂ ਫੇਰ ਫਿਲਮ ਦੀ ਸਟੋਰੀ 'ਚ ਖੁੱਬ ਜਾਨੇ ਆ ਥੋੜੇ ਚਿਰ ਬਾਅਦ ਫੇਰ ਚੇਤਾ ਆਊਗਾ ਡਾਇਰੈਕਟਰ ਹੈਗਾ ਫੇਰ ਫਿਰ ਭੁੱਲ ਜਾਨੇ ਹੋ ਵੀ ਡਾਇਰੈਕਟਰ ਹੈਗਾ ਪਿੱਛੇ ਕੋਈ ਫੇਰ ਫੇਰ ਫਿਲਮ ਦੀ ਸਟੋਰੀ 'ਚ ਖੁੱਬ ਜਾਨੇ ਆ ਜੇ ਕੋਈ ਚੰਗੀ ਫਿਲਮ ਹੋਵੇ ਤਾਂ ਹੁਣ ਅਧਿਆਤਮ ਦੇ ਰਸਤੇ 'ਤੇ ਕੀ ਹੈ ਵੀ ਤੁਹਾਨੂੰ ਇੱਕ ਵਾਰੀ ਤਾਂ ਗੁਰੂ ਨੇ ਦੱਸਤਾ ਵੀ ਪਿੱਛੇ ਹੈਗਾ ਸਭ ਨੂੰ ਪਤਾ ਸਾਰੇ ਕਹਿੰਦੇ ੴ ਪ੍ਰਮਾਤਮਾ ਇੱਕ ਆ ਸਾਰੇ ਕਾਸੇ ਦੇ ਪਿੱਛੇ ਉਹੀ ਆ ਪਰ ਕੀ ਦਿਨਚਰਿਆ ਦੇ ਵਿੱਚ ਆਪਾਂ ਰੈਗੂਲਰ ਰੂਟੀਨ ਦੇ ਵਿੱਚ ਬੰਦੇ ਨੂੰ ਇਹ ਚੀਜ਼ ਯਾਦ ਰਹਿੰਦੀ ਆ ਪਰ ਜੇ ਮੰਨ ਲਓ ਫਿਲਮ ਦਾ ਡਾਇਰੈਕਟਰ ਹੋਵੇ ਆਪ ਕਿ ਉਹਨੂੰ ਚੇਤਾ ਕਰਾਉਣ ਦੀ ਲੋੜ ਹੈ ਕਿਸੇ ਨੂੰ ਵੀ ਭਾਈ ਇਸ ਫਿਲਮ ਦੇ ਪਿੱਛੇ ਤੂੰ ਸੀਗਾ ਨਹੀਂ ਉਹਨੂੰ ਤਾਂ ਪਤਾ ਹੀ ਆ ਵੀ ਆਹ ਸੀਨ ਆਏ ਸ਼ੂਟ ਕੀਤਾ ਸੀ ਆਹ ਸੀਨ ਹੈ ਕਿ ਉਹ ਆਪਦੀ ਫਿਲਮ ਨੂੰ ਵੇਖ ਕੇ ਕਦੇ ਰੋਂਦਾ ਹੋਊਗਾ ਕਦੇ ਗੁੱਸੇ ਚ ਆਉਂਦਾ ਹੋਊ ਕਦੇ ਉਹਨੂੰ ਘਬਰਾਹਟ ਹੁੰਦੀ ਹੋਈ ਵੀ ਹੈ ਹੁਣ ਕੀ ਹੋਊਗਾ ਨਹੀਂ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਵੀ ਹਰ ਚੀਜ਼ ਦੇ ਪਿੱਛੇ ਮੈਂ ਆਪਾਂ ਤਾਂ ਉਹਨੂੰ ਤਾਂ ਗੁਰਬਾਣੀ ਦਾ ਕੰਮ ਹੈਗਾ ਗੁਰਬਾਣੀ ਦਾ ਕੰਮ ਬੇਸਿਕਲੀ ਸਾਨੂੰ ਡਾਇਰੈਕਟਰ ਬਣਾ ਦੇਣਾ ਸਾਨੂੰ ਜਦੋਂ ਅਸੀਂ ਡਾਇਰੈਕਟਰ ਦਾ ਗੁਰਬਾਣੀ ਨੇ ਕਰਾਉਣਾ ਤੁਹਾਨੂੰ ਡਾਇਰੈਕਟਰ ਦਾ ਕੋਰਸ ਜਿੱਥੇ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਹੀ ਆ ਉਹ ਜਿਹੜਾ ਏਕ ਓੰਕਾਰ ਆ ਉਹ ਮੈਂ ਹੀ ਆ ਤੇ ਮੈਂ ਹੀ ਆ ਜਿਹੜੇ ਸਾਰੇ ਕਾਸੇ ਦੇ ਪਿੱਛੇ ਆ ਤੇ ਮੇਰੇ ਅੰਦਰ ਵੀ ਉਹੀ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਇਹ ਸਾਰੇ ਕਾਸੇ ਦੇ ਪਿੱਛੇ ਆ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਦੋਂ ਮੇਰੀ ਬੈਕਗ੍ਰਾਉਂਡ 'ਚ ਉਹ ਚੱਲ ਰਿਹਾ ਤੇ ਤਾਂ ਮਤਲਬ ਸਾਰਿਆਂ ਦੀ ਬੈਕਗ੍ਰਾਉਂਡ 'ਚ ਹੀ ਹੋਵਾ نووا آسو جندا ਵੀ ਅਸੀਂ ਹੀ ਡਾਇਰੈਕਟਰ ਰਣ ਤੇ ਉਸ ਡਾਇਰੈਕਟਰ ਦਾ ਹੀ ਅੰਸ਼ਾ ਉਸ ਡਾਇਰੈਕਟਰ ਚੋਂ ਹੀ ਨਿਕਲੇ ਆ ਜਿਹੜਾ ਇਹ ਸਟੋਰੀ ਚਲਾ ਰਿਹਾ ਇਹ ਸਮ ਇੱਥੋਂ ਤੱਕ ਲੈ ਜਾਣਾ ਗੁਰਬਾਣੀ ਦਾ ਟੀਚਾ ਓਕੇ ਜੀ ਜਿਹੜੀ ਵੀ ਮੇਰੀ ਸਮਝ ਸੀਗੀ ਫੁੱਲ ਚੱਕ ਦੇਖਿਮਾਂ